ਜਿਹੜੀ ਹੁੰਦੀ ਹੈ ਨਾ ਹਾਂਜੀ ਉਹ ਲੈ ਲਓ ਤੁਸੀਂ 8 ਫੁੱਟ ਦੀ ਹਾਂਜੀ 8 ਜਾਂ 9 ਫੁੱਟ ਦੀ ਹਾਂ ਉਹ ਜਿੰਨੀ 2-2.5 ਫੁੱਟ ਥੱਲੇ ਆ ਹਾਂਜੀ ਉਹ ਤੁਸੀਂ ਵੱਢੀ ਜਾਣੀ ਹਰ ਸਾਲ ਅੱਛਾ ਜੀ 2-3 ਸਾਲ ਬਾਅਦ ਉਹ ਕੀ ਆ ਜਿਹੜੇ ਗੁੱਲੇ ਹੈਗੇ ਉਹ ਕਢਾ ਕੇ ਤੁਸੀਂ ਵੇਚੀ ਜਾਓ ਹਰ ਸਾਲ 2-3 ਸਾਲ ਬਾਅਦ ਤੁਹਾਨੂੰ ਜਿਹੜੀ ਬੱਲੀ ਆ ਉਹਦਾ ਸਾਰਾ ਮੁੱਲ ਮੁੜੇ ਆਉਂਦਾ ਤੇ ਕਿੰਨੇ ਸਾਲ ਚੱਲ ਜੂ ਜਿਵੇਂ 10 ਫੁੱਟ ਦੀ ਹੁੰਦੀ ਉਹ ਖਰਾਬ ਹੀ ਨਹੀਂ ਹੋਣੀ ਨਹੀਂ 10 ਫੁੱਟ ਵਾਲੀ ਕਹਿ ਰਹੇ ਹੋ 12 ਫੁੱਟ ਵਾਲੀ ਜਿੰਨੇ ਫੁੱਟ ਦੀ ਮਰਜ਼ੀ ਲੈ ਲਓ 2-2.5 ਫੁੱਟ ਜਿਹੜੀ ਆ ਨਾ ਉਹ ਵੱਢੀ ਜਾਣੀ ਵੱਢ ਕੇ ਉਹ ਜਿਹੜਾ ਹੈਗਾ ਕੱਢ ਕੇ ਤੁਸੀਂ ਨਹੀਂ ਕਿੰਨੇ ਸਾਲ ਵੱਢੋਗੇ ਉਹਨੂੰ ਕਿੰਨੇ ਸਾਲ ਵੱਢੋਗੇ ਕਿੰਨੇ ਸਾਲ ਚੱਲੂ 5 ਸਾਲ ਵੱਢੋ 5 ਸਾਲ ਚੱਲ ਜੂ ਮੈਨੂੰ ਲੱਗਦਾ ਤੁਸੀਂ ਲੇਬਰ ਦੀ ਕਾਸਟ ਨਹੀਂ ਪਈ ਵਿੱਚ ਤੁਸੀਂ 5 ਸਾਲ ਚਲਾ ਲਓਗੇ ਉਹਨੂੰ ਸਾਰਾ ਤੁਹਾਡਾ ਸਿਸਟਮ